परम सत्कारयोग सात जी सारी ही रचना पवित्र करिए आखिए तान श्री सातगुरु प्रताप सिंह जी तान श्री सातगुरु जगजीत सिंह जी तान श्री सातगुरु उदय सिंह जी सातसंग जी, जी आज साखी संबंधित है सूबा करतार सिंह जी सुखेत मंडी ਸੂਬਾ ਜੀ ਦੱਸਦੇ ਹਨ ਕਿ ਇੱਕ ਵਾਰੀ ਦੀ ਗੱਲ ਹੈ ਕਿ ਮੰਡੀ ਦਰਿਆ ਵਿੱਚ ਹਾੜ ਆ ਗਿਆ ਜਦੋਂ ਪਾਣੀ ਥੋੜਾ ਜਿਹਾ ਘਟ ਹੋ ਗਿਆ ਤਾਂ ਬਿਆੰਤ ਜੀ ਦਰਿਆ ਦੇ ਕੰਡੇ ਹੋ ਗਏ ਦਰਿਆ ਵਿੱਚ ਇੱਕ ਬਹੁਤ ਭਾਰੀ ਖੂਗ ਯਾਨੀ ਲੱਕੜੀ ਦੀ ਗੇਲੀ ਸੀ ਬਿਆੰਤ ਜੀ ਨੇ ਹੁਕਮ ਕੀਤਾ ਇਸ ਨੂੰ ਬਾਹਰ ਕੱਢਣਾ ਹੈ ਸਾਥ ਸੰਗ ਨੇ ਕਿਹਾ ਬਾਬਾ ਜੀ ਪਾਣੀ ਦਾ ਰੋੜ ਬਹੁਤ ਹੈ ਇਹ ਕੰਮ ਬੜਾ ਮੁਸ਼ਕਿਲ ਹੈ ਤਾਂ ਬਾਬਾ ਜੀ ਨੇ ਹੁਕਮ ਕੀਤਾ ਦੋ ਰਸਸੇ ਲੈ ਕੇ ਆਓ ਰਸਸੇ ਲੈ ਆnde ਗਏ ਬਾਬਾ ਜੀ ਦੋਵੇਂ ਰਸਿਆਂ ਦਾ ਇੱਕ ਇੱਕ ਸੀਰਾ ਆਪਣੇ ਹਸਤ ਕਮਲਾ ਵਿੱਚ ਲੈ ਕੇ ਪਾਣੀ ਵਿੱਚ ਉਤਰ ਗਏ ਦੂਜਾ ਸੀਰਾ ਕੰਡੇ ਤੇ ਖੜੇ ਸਿੱਖਾਂ ਨੂੰ ਫੜਾ ਹੁਕਮ ਕੀਤਾ ਜਦੋਂ ਮੈਂ ਇਸ਼ਾਰਾ ਕਰਾਂ ਰੱਸਾ ਆਪਣੇ ਵੱਲ ਖਿੱਚ ਲੈਣਾ ਬਾਬਾ ਜੀ ਨੇ ਪਾਣੀ ਵਿੱਚ ਝੂਬੀ ਮਾਰੀ 5-7 ਮਿੰਟ ਬਾਅਦ ਰੱਸਾ ਛੱਡ ਦਿੱਤਾ ਖੜੀ ਸੰਗਤ ਨੇ ਰੱਸਾ ਖਿੱਚਿਆ ਤਾਂ ਕੀ ਵੇਖਦੇ ਹਨ ਕਿ ਰੱਸਾ ਕੱਲਾ ਹੀ ਬਾਹਰ ਆਇਆ। ਬਾਬਾ ਜੀ ਕਿੱਥੇ ਗਏ? ਸੰਗਤ ਪਰੇਸ਼ਾਨ ਹੋ ਉઠી। ਜਦੋਂ ਕੁਝ ਕੁ ਮਿੰਟ ਬੀਤ ਗਏ ਤਾਂ ਬਿਆਨਤ ਜੀ ਨੇ ਆਪਣਾ ਸਿਰ ਪਾਣੀ ਵਿੱਚੋਂ ਬਾਹਰ ਕੱਢਿਆ ਤੇ ਹੁਕਮ ਕੀਤਾ ਰੱਸਾ ਤੇ ਫੜਾਓ ਮੈਨੂੰ। ਤਾਂ ਸਾਗੁਰ ਜਗਜੀਤ ਸਿੰਘ ਜੀ ਸੱਚੇ ਬਾਦਸ਼ਾਹ ਜੀ ਗੇਲੀ ਬਾਹਰ ਕੱਢਣ ਦਾ ਤੇ ਬਹਾਨਾ ਸੀ। ਪਤਾ ਨਹੀਂ ਦਰਿਆ ਵਿੱਚ 20 ਫੁੱਟ ਹੇਠਾਂ ਕਿਸ ਜੀਵ ਦਾ ਉਧਾਰ ਕਰਨ ਗਏ ਸਨ ਫਿਰ ਸਿੱਖਾਂ ਨੇ ਗੇਲੀ ਬਾਹਰ ਗੱਡੀ ਜਾ ਕੇ ਸ੍ਰੀ ਸਰਗੁਰੂ ਪ੍ਰਤਾਪ ਸਿੰਘ ਜੀ ਦੇ ਸੰਮੁਖ ਹੋ ਹੱਸਦੇ ਹੱਸਦੇ ਆ ਬਚਨ ਕੀਤਾ ਅੱਜ ਮੈਨੂੰ ਇਹ ਪਾਣੀ ਵਿੱਚ ਡੋਬ ਦੇਣ ਲੱਗੇ ਸਨ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਹੱਸ ਪਏ ਭਲਾ ਦੁਨੀਆ ਦਾ ਸਿਰਜਣਹਾਰ ਕਿਵੇਂ ਡੁੱਬ ਸਕਦਾ ਸੀ ਉਸ ਦੀ ਹਸਨੀ ਵਿੱਚ ਵੀ ਅਨੋਖੀ ਹੀ ਅਦਾ ਸੀ ਸੁਭਾ ਕਰਤਾਰ ਸਿੰਘ ਜੀ ਇੱਕ ਹੋਰ ਸਾਕੀ ਸੁਣਾਉਂਦੇ ਹਨ ਸੁਭਾ ਜੀ ਦੱਸਦੇ ਹਨ ਕਿ ਉਹਨਾਂ ਦੀ ਮਾਂ ਤਾਂ ਬਹੁਤ ਢਿੱਲੀ ਹੋ ਗਈ 7-8 ਸਾਲ ਲਗਾਤਾਰ ਦਵਾਈ ਖਾਂਦੀ ਰਹੀ ਦਰਦਾਂ ਕੀ ਹਟਣ ਦਾ ਨਾਮ ਹੀ ਨਾ ਲੈਣ ਸਾਰੇ ਸਰੀਰ ਵਿੱਚ ਦਰਦਾਂ ਹੀ ਦਰਦਾਂ ਜੇ ਦਹੀਂ ਖਾ ਲਿਆ ਤਾਂ ਦਰਦ ਜੇ ਦੁੱਧ ਪੀ ਲਿਆ ਤਾਂ ਦਰਦ ਜੇ ਚੌਲ ਖਾ ਲੇ ਤਾਂ ਦਰਦ ਭਾਵ ਕਿ ਕੋਈ ਵੀ ਚੀਜ਼ ਮੁਆਫਕ ਨਹੀਂ ਸੀ ਮਾਤਾ ਹੋ ਰਾਮ ਮਨ ਬਣਾਇਆ ਕਿ 시ਰੀਪੈਣੀ ਸਾਹਿਬ ਜਾ ਕੇ ਰਹਿਮਤਾ ਰਹਿਮਤਾ ਦੇ ਰਹਿਬਰ ਦੇ ਰੂਬਰੂ ਹੋ ਅਰਜ ਬੇਨਤੀ ਕੀਤੀ ਜਾਵੇ ਸੂਬਾ ਜੀ ਦੇ ਮਾਤਾ ਜੀ 시ਰੀਪੈਣੀ ਸੇ ਪਹੁੰਚੇ ਉਸ ਵਕਤ 1 2 ਹੀ ਬੰਦੂਕਾਂ ਵਾਲੇ ਅਜੇ ਨਵੇਂ ਨਵੇਂ ਹੀ ਸੱਚੇ ਪਾਸ਼ਾ ਜੀ ਦੇ ਨਾਲ ਬੋਡੀਗਾਰਡ ਦੇ ਤੌਰ ਤੇ ਰਹਿਣ ਲੱਗੇ ਸਨ ਮਾਤਾ ਨੇ ਜਾਣਿਆ ਹੀ ਉਹਨਾਂ ਬੰਦੂਕਾਂ ਵਾਲਿਆਂ ਨੂੰ ਆਖਿਆ ਆ ਇੱਕ ਗੋਲੀ ਮੈਨੂੰ ਵੀ ਮਾਰ ਦਿਓ 8-9 ਸਾਲ ਹੋ ਗਏ ਹਨ ਬਿਮਾਰੀ ਨਹੀਂ ਵਗਰੋ ਲੈਂਦੀ ਮੈਂ ਹੀ ਮੁੱਕ ਜਾਵਾਂ ਤੇ ਬਿਮਾਰੀ ਵੀ ਲੱਤ ਜਾਵੇ ਸਾਧਗੁਰਾਂ ਨੇ ਅਰਜ਼ ਸੁਣੀ ਤੇ ਹੁਕਮ ਕੀਤਾ ਕਟਾਣੀ ਵਾਲੇ ਡਾਕਟਰ ਨੂੰ ਕਹੋ ਕਿ ਇਸ ਮਾਤਾ ਨੂੰ ਲੁਧਿਆਣੇ ਡਾਕਟਰ ਖੁਰਾਨਾ ਹੈ ਉਹਨਾਂ ਕੋਲੋਂ ਚੈੱਕਅਪ ਕਰਵਾ ਦੇਣ ਕਟਾਣੀ ਵਾਲੇ ਡਾਕਟਰ ਨੇ ਕਿਸੇ ਹੋਰ ਡਾਕਟਰ ਦਾ ਹਵਾਲਾ ਦੇਣ ਦੀ ਅਰਜ਼ ਬੇਨਤੀ ਕੀਤੀ ਪਾਸ਼ਾਓ ਉਹ ਡਾਕਟਰ ਦਰਦਾਂ ਦਾ ਜ਼ਿਆਦਾ ਸਿਆਣਾ ਹੈ ਤਾਂ ਪਾਸ਼ਾ ਜੀ ਹੁਕਮ ਕੀਤਾ ਤੁਹਾਨੂੰ ਡਾਕਟਰ ਖੁਰਾਨਾ ਨੂੰ ਵਿਖਾਉਣ ਲਈ ਕਿਹਾ ਹੈ ਤਾਂ ਉਸੇ ਨੂੰ ਹੀ ਦਿਖਾਉਣਾ ਹੈ ਤਾਂ ਸੱਚੇ ਪਾਸ਼ਾ ਜੀ ਸਤਿਵਚਨ ਕਹਿ ਕਟਾਣੀ ਵਾਲੇ ਡਾਕਟਰ ਨੇ ਮਾਤਾ ਨੂੰ ਲੁਧਿਆਣੇ ਲੈ ਜਾ ਕੇ ਡਾਕਟਰ ਖੁਰਾਨਾ ਕੋਲੋਂ ਹੀ ਚੈੱਕਅਪ ਕਰਾਇਆ ਡਾਕਟਰ ਨੇ ਪੁੱਛਿਆ ਕਿ ਕਿਹੜੇ-ਕਿਹੜੇ ਚੀਜ਼ ਮੁਆਫਕ ਨਹੀਂ ਬੈਠਦੀ ਦੱਸਣ ਤੇ ਡਾਕਟਰ ਨੇ ਦਵਾਈ ਦਿੱਤੀ ਦੇ ਨਾਲ ਹੀ ਉਹ ਸਾਰੀਆਂ ਚੀਜ਼ਾਂ ਖਾਣ ਲਈ ਗਿਆ ਜਿਨ੍ਹਾਂ ਦੇ ਖਾਣਿਆ ਹੀ ਦਰਦ ਹੁੰਦਾ ਸੀ ਮਾਤਾ ਕੁਝ ਦਿਨ ਸ਼੍ਰੀ ਭੈਣੀ ਸਾਹਿਬ ਹੀ ਰਹੀ ਸ਼੍ਰੀ ਭੈਣੀ ਸਾਹਿਬ ਰਹਿਣਿਆ ਭਾਵੇਂ ਮਾਤਾ ਨੇ ਡਾਕਟਰ ਦੁਆਰਾ ਦਿੱਤੀ ਦਵਾਈ ਵੀ ਲਈ ਪਰ ਨਾਲ ਉਹ ਸਾਰੀਆਂ ਚੀਜ਼ਾਂ ਜਿਵੇਂ ਦੁੱਧ ਦਹੀਂ ਤੇ ਚੌਲ ਆਦ ਵੀ ਵਰਤਿਆ ਮਾਤਾ ਜੀ ਦੀਆਂ ਦਰਦਾਂ ਸਿਰ ਸਾਗੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਬਿਲਕੁਲ ਸਹੀ ਹੋ ਗਿਆ ਮਾਤਾ ਤੰਦ ਰੂਸਤ ਹੋ ਆਪਣੇ ਘਰ ਵਾਪਸ ਭਰਤੀ ਇਸ ਤਰ੍ਹਾਂ ਸੁਭਾ ਕਰਤਾਰ ਸਿੰਘ ਹੋਰੀ ਸੱਚੇ ਪਾਸ਼ਾ ਸ੍ਰੀ ਸਾਗੂ ਜਗਜੀਤ ਸਿੰਘ ਜੀ ਨੂੰ ਕਰਨ ਕਾਰਨ ਦੇ ਸਮਰਾਤ ਮੰਨਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਕਰਨ ਹਾਰਤੇ ਉਹ ਆਪ ਹੈ ਉਹਨਾਂ ਵਰਗਿਆਂ ਨੂੰ ਤੇ ਉਹ ਕਾਰਨ ਜ਼ਰੂਰ ਬਣਾ ਲੈਂਦਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ 7-8 ਸਾਲ ਹੋ ਗਏ ਹਨ ਸ੍ਰੀ ਭੈਣੀ ਸਾਹਿਬ ਲਈ ਮਾਇਆ ਦਾ ਹੁਕਮ ਹੋ ਵੀ ਜਾਕਾਰ ਸੇਵਾ ਦਾ ਸੁਭਾਜੀ ਹਰ ਵਕਤ ਤਿਆਰ ਵਰ ਤਿਆਰ ਰਹਿੰਦੇ ਹਨ ਸੁਭਾਜੀ ਇੱਕ ਸਾਖੀ ਹੋਰ ਦੱਸਦੇ ਹਨ ਕਿ ਸੁਭਾਜੀ ਦੀ ਉਮਰ ਉਸ ਵੇਲੇ ਕੋਈ 2.5 ਸਾਲ ਦੀ ਹੋਵੇਗੀ ਜਦੋਂ ਉਹਨਾਂ ਦੇ ਪਿਤਾ ਸੰਧਰदयाल ਸਿੰਘ ਜੀ ਨੂੰ ਮੰਡੀ ਜਾ ਕੇ ਰਹਿਣ ਦਾ ਹੁਕਮ ਹੋਇਆ ਸੀ ਸਾਗੂਪਟਾ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੁਕਮ ਪਾ ਸੰਧਰदयाल ਸਿੰਘ ਜੀ ਆਪਣਾ ਪਿੰਡ ਛੱਡ ਕੇ ਮੰਡੀ ਆ ਗਏ ਪਹਿਲਾ ਪਹਿਲਾ ਸੁੰਦਰ ਨਗਰ ਹੀ ਰਹੇ ਕੋਈ 2 ਰੁਪਏ ਦਿਹਾੜੀ ਮਿਲਦੀ ਸੀ ਉਹਨਾਂ ਦਿਨਾਂ ਵਿੱਚ ਤਾਂ ਕੰਮ ਵੀ ਨਹੀਂ ਮਿਲਦਾ ਸੀ ਉਪਰੋਂ ਉੱਥੇ ਉਹਨਾਂ ਦਿਨਾਂ ਵਿੱਚ ਬੁਖਾਰ ਬਹੁਤ ਫੈਲ ਗਿਆ ਬਿਮਾਰਪੈਣ ਨਾਲ ਸੰਧਰਦੇਵ ਸਿੰਘ ਹੋਰੀ ਕੰਮ ਤੇ ਨਾ ਜਾ ਸਕਣ ਘਰ ਵਿੱਚ ਤੰਗੀ ਤਾਂ ਹੋਣੀ ਹੀ ਸੀ ਇੱਕ ਦਿਨ ਸਵੇਰ ਕਰਤਾਰ ਸਿੰਘ ਜੀ ਨੇ ਜੋ ਕਿ ਉਸ ਵੇਲੇ 4-5 ਸਾਲਾ ਦੇ ਸਨ ਨੇ ਜਿੱਦ ਕੀਤੀ ਕਿ ਉਹ ਘੋ ਨਾਲ ਹੀ ਪ੍ਰਸ਼ਾਦਾ ਛਕੇਗਾ ਉਹਨਾਂ ਦੇ ਪਿਤਾ ਨੂੰ ਜਦ ਦੇ ਸਕਾਲ ਦਾ ਪਤਾ ਲੰਗਾ ਤਾਂ ਉਹਨਾਂ ਦਾ ਮਨ ਬਹੁਤ ਹੀ ਤੰਗ ਹੋਇਆ ਕਿ ਉਹ ਬੱਚੇ ਦੀ ਛੋਟੀ ਜਿੰਨੀ ਵੀ ਜਿੱਦ ਪੂਰੀ ਨਹੀਂ ਕਰ ਸਕਦੇ ਪਰ ਜਿਨ੍ਹਾਂ ਦੇ ਸਿਰ ਤੇ ਉਹਨਾਂ ਦਾ ਖਸਮ ਹੈ ਉਹਨਾਂ ਨੂੰ ਕਾਦੀ ਚਿੰਤਾ ਰਾਤ ਨੂੰ ਸਾਗੂ ਪ੍ਰਤਾਪ ਸਿੰਘ ਜੀ ਨੇ ਖਿੜਕੀ ਵਿੱਚੋਂ ਦੀ ਅੰਦਰ ਪ੍ਰਤੱਖ ਰੂਪ ਵਿੱਚ ਪ੍ਰਗਟ ਹੁੰਦਿਆਂ ਬਚਨ ਕੀਤਾ ਗੁਰਦਿਆਲ ਸਿੰਘਾ ਤੂੰ ਫਿਕਰ ਕਿਉਂ ਕਰਦਾ ਹੈ ਕਿਉਂ ਬਹੁਤ ਵਾ ਵਾ ਧਾਨ ਸਾਗੂ ਪ੍ਰਤਾਪ ਸਿੰਘ ਜੀ ਧਾਨ ਸਾਗੂ ਪ੍ਰਤਾਪ ਸਿੰਘ ਜੀ ਖਿੜਕੀ ਵਿੱਚੋਂ ਸਾਗੂ ਪ੍ਰਤਾਪ ਸਿੰਘ ਜੀ ਨੇ ਅੰਦਰ ਪ੍ਰਤੱਖ ਰੂਪ ਵਿੱਚ ਪ੍ਰਗਟ ਹੋੰਦਿਆਂ ਬਚਨ ਕੀਤਾ ਹਰਦੇਵਾਲ ਸਿੰਘਾ ਤੂੰ ਫਿਕਰ ਕਿਉਂ ਕਰਦਾ ਹੈ ਕਿਉਂ ਬਹੁਤ ਹੈ ਵਾ ਵਾ ਧਾਨ ਸਾਗੂ ਪ੍ਰਤਾਪ ਸਿੰਘ ਜੀ ਉਹ ਇੰਨੀ ਕਿਰਪਾ ਕਰ ਗਏ ਕਿ ਅਗਲੇ ਦਿਨ ਹੀ ਉਥੇ ਇੱਕ ਠੇਕੇਦਾਰ ਸੀ ਉਸਨੇ ਮੰਡੀ ਦੇ ਰਾਜੇ ਦਾ ਕੋਈ ਕੰਮ ਠੇਕੇ ਤੇ ਲੈ ਲਿਆ ਸੀ ਉਸ ਨੂੰ ਬੰਦੇ ਦੀ ਲੋੜ ਸੀ ਉਸ ਨੂੰ ਪਤਾ ਲੱਗਾ ਕਿ ਸੁੰਦਰਨਗਰ ਇੱਕ ਆਦਮੀ ਹਰਦਿਆਲ ਸਿੰਘ ਹੈ ਉਹ ਕੰਮ ਤਾਂ ਬੜਾ ਕਾਰੀਗਰ ਹੈ ਉਹ ਸੁੰਦਰਨਗਰ ਆਇਆ ਤੇ ਉਸਨੇ ਸੰਧ ਹਰਦਿਆਲ ਸਿੰਘ ਹੋਰਨੋ ਉਸੇ ਵੇਲੇ ਮੰਡੀ ਆ ਕੇ ਕੰਮ ਕਰਨ ਲੱਗਿਆ ਸੰਤਾ ਨੇ ਕਿਹਾ ਕਿ ਉਹ ਤੇ ਅਜੇ ਟੁਰਨ ਫਿਰਨ ਤੋਂ ਵੀ ਅਸਮਰਥ ਹਨ ਪਰ ਉਸ ਸਿੱਖ ਨੇ ਜਿੱਦ ਕਰ ਉਹ ਸਿੱਖ ਦੇ ਜਿੱਦ ਕਰੰਤੇ ਪਿਤਾ ਜੀ ਉਹਦੇ ਨਾਲ ਹੀ ਬਾਸਤੇ ਬੈਠ ਕੇ ਮੰਡੀ ਆ ਗਏ ਤੇ ਇੱਥੇ ਉਸ ਨੇ ਬੈਠੇ ਬਿਠਾਆਂ ਨੂੰ ਸਿਰਫ ਕੰਮ ਦੀ ਨਿਗਰਾਨੀ ਕਰਨ ਦੀ ਹੀ ਦਿਹਾੜੀ ਦੇਣੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਸੀ ਸਾਗੂ ਪ੍ਰਤਾਪ ਸਿੰਘ ਜੀ ਨੇ ਉਹਨਾਂ ਦੀ ਗਰੀਬੀ ਕੱਟੀ ਅੱਜ ਹੋਰ ਕੱਲ ਹੋਰ ਘਰ ਵਿੱਚ ਕਿਸੇ ਕਿਸਮ ਦੀ ਤੰਗੀ ਨਾ ਰਹੀ ਇਸੇ ਤਰ੍ਹਾਂ ਹੀ ਉਹਨਾਂ ਦੀ ਨਾਂ ਵਿੱਚ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਲੋਕ ਜ਼ਿਆਦਾ ਪੈਦਲ ਹੀ ਜਾਂਦੇ ਸਨ ਸੰਤ ਹਰदयाल ਸਿੰਘ ਹੋਰੀ ਹਰ ਰੋਜ਼ ਕੰਮ ਕਰਨ ਲਈ ਮੰਡੀ ਤੋਂ ਕੁੱਲੂ ਸਾਈਕਲ ਤੇ ਹੀ ਆਉਂਦੇ ਜਾਂਦੇ ਸਨ ਇੱਕ ਦਿਨ ਹਰदयाल ਸਿੰਘ ਹੋਰਾਂ ਨੂੰ ਕੰਮ ਤੇ ਹੀ ਬੁਖਾਰ ਬਹੁਤ ਚੜ ਗਿਆ ਸੰਤ ਜੀ ਸਾਈਕਲ ਤੇ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਜਿਆਦਾ ਢਾਲ ਜੇ ਹੋ ਗਏ ਤੇ ਇੱਕ ਪਾਸੇ ਉਹ ਸਾਈਕਲ ਖੜਾ ਕਰ ਇੱਕ ਪੱਥਰ ਦੇ ਨਾਲ ਟੋ ਜੇ ਲਾ ਕੇ ਬੈਠ ਗਏ ਬਿਹੋਸ਼ ਜੇ ਹੋ ਗਏ ਅੱਗੇ ਜਾਣ ਦੀ ਕੋਈ ਵਾਹ ਹੀ ਨਾ ਰਹੀ ਉਸੇ ਵਕਤ ਪਰਵਤਗਾਰ ਬਖਸ਼ਿੰਦ ਪੀਤਾ ਸ਼੍ਰੀ ਸਾਗੂ ਪਟਾਪ ਸਿੰਘ ਜੀ ਨੇ ਫੇਰ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਹਰਦਿਆਲ ਸਿੰਘ ਹੋਰਾਂ ਨੂੰ ਹਲੂਣ ਕੇ ਹੋਸ਼ ਵਿੱਚ ਲਿਆਂਦਾ ਤੇ ਬਚਨ ਕੀਤਾ ਉਠ ਹਰਦਿਆਲ ਸਿੰਘਾ ਤੂੰ ਐਵੇਂ ਕਿਉਂ ਹਮਧਾਰ ਬੈਠਾ ਹੈ ਉਠ ਤਗੜਾ ਹੋ ਐਵੇਂ ਨਹੀਂ ਇੰਨਾ ਦਿਲ ਛੋਟਾ ਗਰੀਬਾ ਡਿੱਗਿਆ ਹੋਇਆ ਨੂੰ ਇੰਨਾ ਸਹਾਰਾ ਤੇ ਹੌਸਲਾ ਤੇ ਫਿਰ ਉਹ ਵੀ ਉਸ ਅਕਾਲਪੁਰਖ ਦਾ ਇੰਨੀ ਕਿਰਪਾ ਤਾਂ ਸੀ ਰਸਾ ਗੁਬਤਾਬ ਸਿੰਘ ਜੀ ਸੰਧਰदयाल ਸਿੰਘ ਹੋਰੀ ਫਿਰ ਉਥੋਂ ਉੱਠੇ ਉਹਨਾਂ ਨੂੰ ਇੰਜ ਲੱਗਿਆ ਜਿਵੇਂ ਉਹਨਾਂ ਦੇ ਸਰੀਰ ਵਿੱਚ ਫਿਰ ਤੋਂ ਇੱਕ ਬਿਜਲੀ ਜਈ ਛਿੜ ਗਈ ਉਹ ਮੂੜ ਤਾਕਤ ਵਿੱਚ ਆ ਗਏ ਉਹਨਾਂ ਨੇ ਮੂੜ ਆਪਣੀ ਸਾਈਕਲ ਚੁੱਕੀ ਤੇ ਆਪਣੇ ਘਰ ਪਹੁੰਚੇ ਸੰਧਰ ਦਿਵਾਲ ਸਿੰਘ ਹੋਰੀ ਕੋਠੀ ਵੀ ਰਹਿੰਦੇ ਰਹੇ ਕੋਠੀ ਦੀ ਸੇਵਾ ਸੰਭਾਲ ਕਰਨੀ ਸ਼ਿਸ਼ਾਗੂ ਪ੍ਰਤਾਪ ਸਿੰਘ ਜੀ ਦੀ ਹਜ਼ੂਰੀ ਵਿੱਚ ਵੀ ਤੇ ਗੈਰ ਹਜ਼ੂਰੀ ਵਿੱਚ ਵੀ ਕੋਠੀ ਰਹਿਣਾ ਐਨੇ ਨਿਡਰਸਨ ਕਿ ਇੱਕ ਵਾਰੀ ਦੀ ਗੱਲ ਹੈ ਇਹ ਗੱਲ ਪਾਕਿਸਤਾਨ ਦੀ ਹੈ ਇੱਕ ਵਾਰੀ ਗੜਕਾ ਗਤਕਾ ਖੇਡ ਰੇਸਨ ਗਤਕੇ ਦੇ ਐਡੇ ਖਿਡਾਰੀ ਸਨ ਕਿ ਉਥੋਂ ਦੇ ਕੁਝ ਕੁ ਮੁਸਲਮਾਨ ਮੁੰਡੇ ਇਹਨਾਂ ਕੋਲੋਂ ਗਤਕਾ ਖੇਡਣਾ ਸਿੱਖਣਾ ਚਾਹਦੇ ਸਨ ਸੰਤਾ ਨੇ ਕਿਹਾ ਮੈਂ ਮੁਸਲਮਾਨਾਂ ਨੂੰ ਗਤਕਾ ਨਹੀਂ ਸਿਖਾਉਣਾ ਉਹਨਾਂ ਨੂੰ ਇੰਨਾ ਵੱਟ ਚੜ੍ਹਿਆ ਕਿ ਉਹਨਾਂ ਮੁਸਲਮਾਨ ਮੁੰਡਿਆਂ ਨੇ ਕਿਹਾ ਸਾਡੇ ਚੋਂ ਕਿਹੜਾ ਸੂਰਮਾ ਹੋਵੇਗਾ ਜੋ ਕਿ ਉਸ ਦੀ ਕੋਈ ਲੱਤ ਬਾ ਵੱਡ ਦੇਵੇ ਤਾਂ ਕਿ ਉਹ ਗਤਕਾ ਖੇਡਣਾ ਹੀ ਭੁੱਲ ਜਾਵੇ ਕਿ ਕਿੱਦਾਂ ਸਾਨੂੰ ਗਤਕਾ ਨਹੀਂ ਸਿਖਾਉਣਾ ਇਹ ਗੱਲ ਸੰთა ਢਾਲ ਸਿੰਘ ਹੋਰਾਂ ਦੇ ਇੱਕ ਸ਼ਾਗਿਰਦ ਮੁੰਡੇ ਨੇ ਸੁਣ ਲਈ ਉਸ ਨੇ ਸੰਤਾ ਨੂੰ ਇਸ ਗੱਲ ਤੋਂ ਅਗਵਾ ਕੀਤਾ ਉਹਨਾਂ ਮੁਸਲਮਾਨ ਮੁੰਡਿਆਂ ਮੁਸਲਮਾਨਾਂ ਮੁੰਡਿਆਂ ਵਿੱਚੋਂ ਇੱਕ ਪਠਾਨ ਮੁਸਲਮਾਨ ਮੁੰਡੇ ਨੇ ਹਰਦਿਆਲ ਸਿੰਘ ਹੋਰਾਂ ਦੀ ਲਤ ਬਾਹ ਵੜਨ ਦਾ ਬੀੜਾ ਝੁਕ ਲਿਆ ਉਹ ਘਰੋਂ ਕਿਰਪਾਨ ਲੈ ਕੇ ਉਹਨਾਂ ਨੂੰ ਵੜਨ ਲਈ ਨਿਕਲਿਆ ਇਹ ਖਬਰ ਸੰਧਰਦਿਆਲ ਸਿੰਘ ਹੋਰਾਂ ਤੱਕ ਵੀ ਪਹੁੰਚ ਗਈ ਉਹ ਘਰੋਂ ਇਕੱਲੇ ਹੀ ਸਾਈਕਲ ਤੇ ਚੱਲ ਪਏ ਰਸਤੇ ਵਿੱਚ ਉਹਨਾਂ ਨੇ ਇੱਕ ਪਠਾਨ ਮੁੰਡੇ ਨੂੰ ਹੱਥ ਵਿੱਚ ਤਲਵਾਰ ਲੈ ਵੇਖਿਆ ਸੰਧਾ ਨੇ ਕਾਲੀ ਗਾਲੀ ਉਹਦੇ ਅੱਗੋਂ ਅੱਗੇ ਹੋ ਸਾਈਕਲ ਖੜੀ ਕਰ ਉਸ ਨੂੰ ਲਲਕਾਰ ਕੇ ਕਿਹਾ ਤੂੰ ਪਠਾਣਾ ਕਰ ਆਪਣਾ ਕੰਮ ਜਿਸ ਕੰਮ ਲਈ ਤੂੰ ਭੀੜਾ ਚੁੱਕਿਆ ਹੈ ਉਹ ਤੇਰਾ ਨਿਸ਼ਾਨਾ ਮੈਂ ਹੀ ਹਾਂ ਪਠਾਣ ਨੇ ਜਿਉਂ ਹੀ ਸੰਤਾ ਦੇ ਦਰਸ਼ਨ ਕੀਤੇ ਉਹ ਤੇ ਰਾਗੀ ਹੋ ਗਿਆ ਉਸ ਵੀ ਤਲਵਾਰ ਸੁੱਟ ਦਿੱਤੀ ਤੇ ਕਹਿਣ ਲੱਗਾ ਇਹੋ ਜਿਹੇ ਧਰਮੀ ਪੁਰਸ਼ ਨੂੰ ਮੈਂ ਭਲਾ ਕਿਵੇਂ ਮਾਰ ਸਕਦਾ ਹਾਂ ਉਸ ਦਾ ਮਨ ਹੀ ਬਦਲ ਗਿਆ ਸਾਗੂ ਪਟਾਪ ਸਿੰਘ ਜੀ ਦੀ ਇੰਨੀ ਕਿਰਪਾ ਕਿ ਉਸ ਦੇ ਮਨ ਨੂੰ ਕਿੱਦਾਂ ਬਦਲ ਕੇ ਰੱਖ ਦਿੱਤਾ ਸੰਤਾ ਨੇ ਵੀ ਗੁਰਬਾਣੀ ਅਨੁਸਾਰ ਆਪਣੀ ਗੁਰੂ ਦੀ ਹੁਕਮ ਨੂੰ ਮੁੱਖ ਰੱਖਿਆ ਫਰੀਦਾ ਬੂਰੇ ਦਾ ਪਲਾਕਾਰ ਗੁੱਸਾ ਮਾਨਾ ਹੰਡਾਏ ਨਹੀਂ ਤੇ ਸੰਤ ਇੰਨੀ ਸੁਰਮੇਸਨ ਕਿ ਪਠਾਨ ਨੂੰ ਉਹਦੀ ਹੀ ਤਲਵਾਰ ਨਾਲ ਖਤਮ ਕਰ ਸਕਦੇ ਸਨ ਇੱਕ ਹੋਰ ਬਿਲਕੁਲ ਛੋਟੀ ਜੀ ਸਾਕੀ ਸੁਣਾਉਂਦੇ ਹਨ ਯਾਦਾਂ ਤੇਜ ਵਾਲੀ ਗੱਲ ਕਹੀਏ ਤੇ ਬੜੀ ਛੋਟੀ ਜੀ ਗੱਲ ਹੋ ਜਾਂਦੀ ਹੈ ਇਹ ਤੇ ਅਕਾਲ ਪੁਰਖ ਹੈ ਇਸ ਨੂੰ ਤੇ ਯੁਗਾ ਯੁਗਾੰਤਰਾ ਦਾ ਹੀ ਸਾਬ ਕਿਤਾਬ ਯਾਦ ਹੈ ਇੱਕ ਵਾਰੀ ਦੀ ਗੱਲ ਹੈ ਸੁਬਾ ਕਰਤਾਰ ਸਿੰਘ ਹੋਰਾਂ ਦਾ ਲੜਕਾ ਬਹੁਤ ਬਿਮਾਰ ਹੋ ਗਿਆ ਸੁਬਹ ਉਸ ਨੂੰ ਲੈ ਕੇ ਸਾਗੂ ਜਗਜੀਤ ਸਿੰਘ ਜੀ ਦੇ ਸੰਮੁਖ ਅਰਜ ਕਰਨ ਲਈ ਸ਼੍ਰੀ ਪੈਣੀ ਸਹਿਬਾਣਾ ਹਾਜ਼ਰ ਹੋਏ ਦਰਸ਼ਨ ਕੀਤੇ ਲੜਕੇ ਦੀ ਦੇਹ ਅਰੋਗਤਾ ਨਮਿਤ ਅਰਜ ਕੀਤੀ अबियन पातशाह जी ने गरीब नवासया बचपन याद दिवा खुशियां बख्शिया हरपाल सिंह चंगी तरह जानता है हरपाल सिंह ए चंगी तरह जानता है ए छोटा हुंदा मेरे को बहुत डरदा तागो सूबा करतार सिंह जी ने खुशी वो अर्ज की पातशाह जीओ आप जी गुलेला जो मार दे सो ते मैं डर लुकदा ना ते फिर होर की करदा सूबा करतार सिंह ਕੀ ਪ੍ਰਤਾਸੀ ਕਿਉ ਕਿਹੜੇ ਪਿਆਰ ਦੀਆਂ ਗੋਲੇਲਾ ਮਾਰਦੇ ਸਨ ਅਰਜ ਕਰੰਦੇ ਪਾਸ਼ਾ ਜੀ ਨੇ ਹੁਕਮ ਕੀਤਾ ਤੇਰਾ ਕਾਕਾ ਠੀਕ ਹੋ ਜਾਵੇਗਾ ਸੂਬਾ ਜੀ ਦਾ ਕਾਕਾ ਬਿਨਾਂ ਕਿਸੇ ਦਵਾਈ ਦੇ ਬਚਣਾ ਨਾਲ ਹੀ ਠੀਕ ਠਾਕ ਹੋ ਗਿਆ ਤਾਂ ਤਾਂ ਸੀ ਸਤਿਗੁਰੂ ਜਗਜੀਤ ਸਿੰਘ ਜੀ